ਅਸੀਂ ਦਿੱਲੀ ਨੂੰ ਕੂਚ ਕਰਨਾ ਜਿਹੜਾ 26 27 ਤਰੀਕ ਦਾ ਸਾਡਾ ਸੱਦਾ ਹੈ ਸਾਡੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਸਾਨੂੰ ਦਿੱਤਾ ਗਿਆ ਸੀ ਪਰ ਅਸੀਂ ਅੱਜ 25 ਤਰੀਕ ਨੂੰ ਜਿਵੇਂ ਵੱਡੇ ਹੜ ਲੈ ਕੇ ਪਿੰਡਾਂ ਦੇ ਵਿੱਚੋਂ ਜਾ ਰਹੇ ਹਾਂ ਸਾਡੇ ਇੱਕ ਇੱਕ ਪਿੰਡ ਦੇ ਵਿੱਚੋਂ ਘੱਟੋ ਘੱਟ 1000 ਬੰਦਾ ਜਿਹੜਾ ਅਸੀਂ ਜਾ ਰਹੇ ਹਾਂ ਜਿਵੇਂ ਕਿ ਸਾਡੀ ਬੀਬੀਆਂ ਦੀ ਗਿਣਤੀ ਆ 501 ਪਿੰਡ ਦੇ ਵਿੱਚੋਂ ਸਾਡੀਆਂ ਔਰਤਾਂ ਨੇ ਸਾਡਾ ਯੂਥ ਹੈ ਸਾਡੀ ਨੌਜਵਾਨ ਪੀੜ੍ਹੀ ਜਾ ਰਹੀ ਹੈ ਅਸੀਂ ਦੇਖੋ ਜੀ ਨਾ ਤਾਂ ਜੇਲ੍ਹਾਂ ਤੋਂ ਡਰਦੇ ਹਾਂ ਨਾ ਥਾਣਿਆਂ ਤੋਂ ਡਰਦੇ ਹਾਂ ਜੇ ਡਰਨ ਵਾਲੇ ਹੁੰਦੇ ਤਾਂ ਘਰਾਂ ਦੇ ਵਿੱਚ ਬੈਠੇ ਹੁੰਦੇ ਅਸੀਂ ਵੱਡੇ ਹੜ ਲੈ ਕੇ ਦਿੱਲੀ ਕੂਚ ਕਰਨ ਦੇ ਲਈ ਜਾ ਰਹੇ ਹਾਂ ਦਿੱਲੀ ਦੀ ਗਲੀ ਗਲੀ ਦੇ ਵਿੱਚ ਸਾਡਾ ਕਿਸਾਨ ਗੂੰਜੂਗਾ ਤੇ ਸਾਡਾ ਬੱਚਾ ਬੱਚਾ ਅਸੀਂ ਅੱਜ ਵੀ ਆਪਣੇ ਸੰਘਰਸ਼ਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਏ ਆਪਣੀਆਂ ਮਾਮਾ ਭੈਣਾਂ ਨੂੰ ਲੈ ਕੇ ਆਏ ਹਾਂ ਸਾਰੇ ਪ੍ਰਬੰਧ ਅਸੀਂ ਨਾਲ ਲੈ ਕੇ ਆਏ ਜੀ ਰਾਸ਼ਨ ਤੋਂ ਲੈ ਕੇ ਲੱਕੜਾਂ ਤੱਕ ਵੀ ਸਾਡੇ ਪਿੰਡਾਂ ਦੇ ਵਿੱਚੋਂ ਅਸੀਂ ਟਰਾਲੀਆਂ ਦੇ ਵਿੱਚ ਭਰ ਕੇ ਲੈ ਕੇ ਆਏ ਹਾਂ ਸਾਨੂੰ ਕਿਸੇ ਵੀ ਚੀਜ਼ ਦੀ ਉੱਥੇ ਤੋਟ ਨਹੀਂ ਆਉਣੀ ਆਪਣਾ ਰਾਸ਼ਨ ਪਾਣੀ ਅਸੀਂ ਤਾਂ ਜੀ 2024 ਦਾ ਟਿੰਚਾ ਰੱਖ ਲਿਆ ਕਿ ਅਸੀਂ ਹੁਣ ਪਿੱਛੇ ਨਹੀਂ ਮੁੜਦੇ ਜਿਹੜੀ ਇਹ ਜੰਗ ਆ ਅਸੀਂ ਜਿੱਤ ਕੇ ਹੀ ਘਰਾਂ ਨੂੰ ਵਾਪਸ ਆਵਾਂਗੇ ਜੇ ਸਾਨੂੰ 6 ਮਹੀਨੇ ਵੀ ਉੱਥੇ ਬੈਠਣਾ ਪੈ ਗਿਆ ਅਸੀਂ ਬੈਠਣ ਲਈ ਤਿਆਰ ਹਾਂ ਅਸੀਂ ਤਾਂ ਆ ਕੇ ਕੱਪੜਾ ਆਪਣੇ ਸਿਰਾਂ ਦੇ ਨਾਲ ਬੰਨ ਕੇ ਜਿਹੜਾ ਦਿੱਲੀ ਕੂਚ ਕਰਨ ਦੇ ਲਈ ਅਸੀਂ ਇਹ ਵੱਡੇ ਹੜ ਲੈ ਕੇ ਜਾ ਰਹੇ ਹਾਂ ਸਾਡਾ ਯੂਥ ਸਾਡੇ ਨਾਲ ਹੈ ਯੂਥ ਸਾਡੀ ਨੌਜਵਾਨ ਪੀੜ੍ਹੀ ਅੱਜ ਖੜੀ ਹੈ ਅੱਗੇ ਜਿਵੇਂ ਸਰਕਾਰ ਕਹਿੰਦੀ ਸੀ ਨਾ ਜਿਹੜੀ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਉਹ ਨਸ਼ੇ ਦੇ ਨਾਲ ਟੁੰਨ ਰਹਿੰਦੀ ਹੈ ਪਰ ਸਾਡੇ ਨੌਜਵਾਨਾਂ ਨੇ ਦੱਸਤਾ ਸੈਂਟਰ ਸਰਕਾਰ ਨੂੰ ਕਿ ਤੁਸੀਂ ਸਾਨੂੰ ਬਦਨਾਮ ਕੀਤਾ ਹੋਇਆ ਸੀ ਕਿਤੇ ਸਿੰਗਰਾਂ ਰਾਹੀਂ ਕਿਤੇ ਕਿਵੇਂ ਪਰ ਅਸੀਂ ਉਹ ਕਿਸਾਨ ਹਾਂ ਜਿਹੜੇ ਆਪ ਜਾ ਕੇ ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਹਾਂ ਜਿਹੜਾ ਸਾਡੇ ਜਥੇਬੰਦੀ ਦਾ ਹੁਕਮ ਆ ਜੀ ਖਨੌਰੀ ਬਾਰਡਰ ਨਾਲ ਜਿਹੜਾ ਅਸੀਂ ਐਂਟਰ ਹੋਣਾ ਦਿੱਲੀ ਦੇ ਵਿੱਚ ਅੱਜ ਅਸੀਂ ਉਸੇ ਰਸਤੇ ਤੇ ਜਾ ਰਹੇ ਹਾਂ ਜੀ ਜਿਵੇਂ ਜਿਵੇਂ ਸਾਨੂੰ ਜਥੇਬੰਦੀ ਕਹੂਗੀ ਉਹਨਾਂ ਦੇ ਨਾਲ ਨਾਲ ਅਸੀਂ ਤੁਰ ਰਹੇ ਹਾਂ ਸਾਰੀਆਂ ਇਕਾਈਆਂ ਲਗਭਗ ਜਿੰਨੀਆਂ ਵੀ ਸਾਡੇ ਬਲਾਕ ਸ਼ਹਿਣਾ ਦੀਆਂ ਗਈਆਂ ਧਨੌਲਾ ਦੀਆਂ ਗਈਆਂ ਸਾਰੀਆਂ ਇਕਾਈਆਂ ਜਥੇਬੰਦੀ ਦੇ ਰੂਟ ਦੇ ਮੁਤਾਬਕ ਹੀ ਚੱਲਣਗੀਆਂ ਜਿੱਧਰ ਜਥੇਬੰਦੀ ਦਾ ਹੁਕਮ ਹੋਊਗਾ ਉਧਰ ਉਧਰ ਇਕਾਈਆਂ ਸਾਡੀਆਂ ਜਾਣਗੀਆਂ ਉਹਨਾਂ ਦੇ ਨੌਜਵਾਨ ਕਿੰਨੀ ਗਿਣਤੀ ਜਾ ਰਹੇ ਲਗਭਗ ਸਾਰੇ ਯੂਥ ਹੀ ਆ ਜੀ ਜਿੰਨੇ ਵੀ ਅੱਜ ਤੁਸੀਂ ਦੇਖ ਰਹੇ ਹੋ ਇੱਥੇ ਬਜ਼ੁਰਗ ਤੇ ਬਹੁਤ ਘੱਟ ਗਿਣਤੀ ਦੇ ਵਿੱਚ ਨੇ ਸਾਰਾ ਯੂਥ ਹੀ ਇਕੱਠਾ ਹੋਇਆ ਹੋਇਆ ਤਿਆਰੀ ਸਾਡੇ ਕੋਲੇ ਫੁੱਲ ਆ ਜੀ ਹਰ ਇੱਕ ਸਹੂਲਤਾਂ ਸਾਡੇ ਕੋਲੇ ਹਰੇਕ ਇਕਾਈ ਕੋਲੇ ਲਾਲ ਲੰਗਰ ਪਾਣੀ ਤੋਂ ਆਪਣਾ ਰਹਿਣ ਕਰਨ ਦਾ ਬਿਸਤਰੇ ਵਗੈਰਾ ਟਰਾਲੀਆਂ ਤੇ ਤਰਪਾਲਾਂ ਪਾਈਆਂ ਹੋਈਆਂ ਨੇ ਜਿੱਥੇ ਵੀ ਸਾਨੂੰ ਖੜਨਾ ਪਿਆ ਅਸੀਂ ਡਟ ਕੇ ਖੜਾਂਗੇ ਕੋਈ ਵੀ ਨੌਜਵਾਨ ਪਿੱਛੇ ਹਟਣ ਵਾਲਾ ਨਹੀਂ ਹੈਗਾ ਜੀ ਤਾਂ ਵੀ ਸਾਡੀ ਜਥੇਬੰਦੀ ਦੇ ਜਿਹੜੇ ਮੇਨ ਆਗੂ ਨੇ ਉਹ ਸਾਨੂੰ ਜਿੱਦਾਂ ਵੀ ਕੋਈ ਹੁਕਮ ਦੇਣਗੇ ਅਸੀਂ ਉਹਨਾਂ ਤੇ ਖਰੇ ਉਤਰਾਂਗੇ ਜਿੱਦਾਂ ਵੀ ਸਾਨੂੰ ਜਥੇਬੰਦੀ ਕਹੂ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜੀ ਜਿੱਦਾਂ ਸਾਨੂੰ ਜਥੇਬੰਦੀ ਦਾ ਹੁਕਮ ਹੋਊਗਾ ਅਸੀਂ ਉਸ ਤੇ ਖਰੇ ਉਤਰਾਂਗੇ ਵੀ ਦਿੱਲੀ ਜਾਣ ਦੀ ਤਿਆਰੀ ਤਾਂ ਜੀ ਬਹੁਤ ਵੱਡੀ ਹੈ ਅਸੀਂ ਤਾਂ ਬਹੁਤ ਚਿਰ ਦੇ ਚੀਜ਼ ਮੱਥੀ ਬੈਠੇ ਸੀ ਵੀ ਸਿਰ ਤੜ ਲਾ ਦੇਵਾਂਗੇ ਪਰ ਇਹ ਆਪਦੀ ਬਾਜੀ ਜਿੱਤ ਕੇ ਹਟਾਂਗੇ ਜਿੱਤੇ ਬਿਨਾਂ ਅਸੀਂ ਵਾਪਸ ਨਹੀਂ ਆਉਂਦੇ ਸਾਡੇ ਕੋਲ ਲੱਕੜਾਂ ਦੇ ਟਰੱਕ ਟਰਾਲੀਆਂ ਬੁੜੀਆਂ ਬੰਦੇ ਜੋ ਵੀ ਸਾਡੇ ਬੇਟੇ ਅਸੀਂ ਤਾਂ ਸਾਰੇ ਜਾ ਰਹੇ ਹਾਂ ਅਸੀਂ ਤਾਂ ਮੋਦੀ ਨੂੰ ਇਹ ਕਹਿੰਦੇ ਹਾਂ ਵੀ ਅਸੀਂ 6 ਮਹੀਨੇ ਵੀ ਜੇ ਸਾਨੂੰ ਬੈਠਣਾ ਪਵੇ ਤਾਂ ਅਸੀਂ ਬੈਠਾਂਗੇ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਤਾਂ ਪਹਿਲੀ ਮਾਰ ਤੇ ਜਦੋਂ ਸਾਡੀਆਂ ਜ਼ਮੀਨਾਂ ਦੇ ਕਬਜ਼ੇ ਕਰਨ ਨੂੰ ਫਿਰਦਾ ਅਸੀਂ ਤਾਂ ਹੁਣ ਵੀ ਮਰੇ ਹਾਂ ਪਰ ਜੇ ਅਸੀਂ ਮੁੜਾਂਗੇ ਤਾਂ ਅਸੀਂ ਜਿੱਤ ਕੇ ਮੁੜਾਂਗੇ ਅਸੀਂ ਹਾਰ ਕੇ ਨਹੀਂ ਆਉਂਦੇ ਪਰ ਸਖਤੀ ਕਰ ਰਹੀ ਹੈ ਇਹ ਤੋਂ ਤਾਂ ਸਾਫ਼ ਗੱਲ ਹੋ ਗਈ ਵੀ ਸਰਕਾਰ ਬਖਲਾਟ 'ਚ ਆਈ ਹੁੰਦੀ ਹੈ ਇਹ ਸਰਕਾਰ ਡਿੱਗਦਗੂਈ ਉਦੋਂ ਹੁੰਦੀ ਹੈ ਜਦੋਂ ਕਿਸਾਨਾਂ ਦੇ ਇਕੱਠਾਂ ਨੂੰ ਦੇਖ ਕੇ ਬਖਲਾਟ 'ਚ ਆਉਂਦੀ ਹੈ ਪੰਜਾਬ 'ਚ ਵੀ ਜਦੋਂ ਅਸੀਂ ਸੰਘਰਸ਼ 'ਚ ਲੜਦੇ ਹਾਂ ਅਸੀਂ ਸਮਝਦੇ ਹਾਂ ਵੀ ਜਿਹੜਾ ਹਰਿਆਣਾ ਸਰਕਾਰ ਦੀ ਸਖਤ ਕਰੀ ਹੈ ਇਹ ਕਿਸਾਨਾਂ ਦੀ ਇੱਕ ਹੋਰ ਜਿੱਤ 'ਚ ਜਿੱਤ ਦਰਜ ਹੋ ਗਈ ਜਿਹੜਾ ਨਾਕਾ ਲਾਇਆ ਉਹਨਾਂ ਨੇ ਸਖਤੀ ਕਰੀ ਹੈ ਪਰ ਹਲੇ ਇਧਰੋਂ ਜਥੇਬੰਦੀਆਂ ਦਾ ਫੈਸਲਾ ਹੈ ਭਾਵੇਂ ਹਰਿਆਣਾ ਸਰਕਾਰ ਨੇ ਸਖਤ ਕਰੀ ਹੈ ਵੀ ਕਿਸਾਨ ਜਥੇਬੰਦੀ ਸਾਡੀ ਜਥੇਬੰਦੀ ਦਾ ਫੈਸਲਾ ਵੀ ਅਸੀਂ ਕਿਸੇ ਹਾਲਤ 'ਚ ਵੀ ਹਲੇ ਟਕਰਾਅ 'ਚ ਨਹੀਂ ਪਵਾਂਗੇ ਜਿੱਥੇ ਵੀ ਸਰਕਾਰ ਰੋਕੂਗੀ ਹਰਿਆਣਾ ਸਰਕਾਰ ਅਸੀਂ ਉੱਥੇ ਬੈਠ ਕੇ ਹੀ ਆਪਦਾ ਵਿਰੋਧ ਹੈ ਜਿਹੜਾ ਕਾਨੂੰਨਾਂ ਦਾ ਕਰਾਂਗੇ ਮੋਰਚਾ ਉੱਥੇ ਹੀ ਜਾ ਜਾਣਾ ਜਿੱਥੇ ਰੋਕੂ ਅੱਜ ਜਿਹੜੀ ਪੂਰੀਆਂ ਅੰਤਮ ਛੋਹਾਂ ਤਿਆਰੀ ਨੂੰ ਦਿੱਤੀਆਂ ਗਈਆਂ ਪਿੰਡਾਂ 'ਚ ਰੋਸ ਮਾਰਚ ਮਿਸਾਲ ਮਾਰਚ ਔਰਤਾਂ ਦੇ ਮੁਜ਼ਾਹਰੇ ਕੀਤੇ ਗਏ ਹੈ ਘਰ ਘਰ ਸੁਨੇਹੇ ਲਾਏ ਗਏ ਆ ਪੂਰੀਆਂ ਤਿਆਰੀਆਂ ਅੱਜ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ 300 ਦੇ ਲਗਭਗ ਜਿਹੜੀ ਟਰਾਲੀ ਹੈ ਟਰੈਕਟ ਟਰਾਲੀਆਂ ਜਾ ਰਹੀਆਂ ਅਤੇ ਕੱਲ੍ਹ ਨੂੰ ਹੋਰ ਵੀ ਵੱਡੀ ਗਿਣਤੀ 'ਚ ਵੱਡੇ ਸਾਧਨਾਂ 'ਤੇ ਜਿੱਥੇ ਮੋਰਚਾ ਜੱਚ ਗਿਆ ਕੱਲ੍ਹ ਨੂੰ ਵੱਡੀ ਗਿਣਤੀ 'ਚ ਸਾਧਨ ਜਾਣੇ ਆ ਜਿਹੜਾ ਇਹ ਖਨੌਰੀ ਵਾਲਾ ਨਾਕਾ ਹੈ ਜੇ ਖਨੌਰ ਨੂੰ ਹੀ ਰੋਕਦੇ ਹੈ ਇੱਥੇ ਸਾਡਾ ਅਨੁਮਾਨ ਹੈ ਵੀ 5 ਜ਼ਿਲ੍ਹਿਆਂ ਨੇ ਜਾਣਾ ਹੈ ਇਸ ਨਾਕੇ 'ਤੇ ਲੱਖ ਸਵਾ ਲੱਖ ਦਾ ਇਕੱਠ ਇਸ ਨਾਕੇ 'ਤੇ ਹੋਣਾ ਕੱਲ੍ਹ ਨੂੰ ਵੱਡੀ ਗਿਣਤੀ 'ਚ ਕਿਸਾਨ ਅਤੇ ਔਰਤਾਂ ਸਾਡੀਆਂ ਜਾਣਗੀਆਂ ਅਤੇ ਨੌਜਵਾਨ ਜਿਹੜੀ ਗਿਣਤੀ ਰਹਿ ਗਈ ਉਹਨਾਂ ਨੂੰ ਕੱਲ੍ਹ ਨੂੰ ਲਿਜਾਵਾਂਗੇ ਸਾਧਨਾਂ 'ਤੇ ਅੱਜ ਮੈਨੂੰ ਲੱਗਦਾ ਵੀ ਜੇ 300 ਟਰਾਲੀ ਹੋ ਗਈ 3-4 ਹਜ਼ਾਰ ਗਿਣਤੀ ਅੱਜ ਚਲੀ ਜਾਣੀ ਹੈ ਲੰਗਰ ਲੁੰਗਰ ਦਾ ਸਮਾਨ ਹੈ ਜਿਹੜਾ ਰਾਸ਼ਨਾਂ ਦਾ ਉਹ ਸਾਰਾ ਅੱਜ ਪਹੁੰਚ ਜਾਣਾ ਸਾਰੀ ਇਹ ਸਾਡੀ 2 ਨਾਕੇ ਲੱਗਣੇ ਆ ਸਾਡੀ ਜਥੇਬੰਦੀ ਬਣੋ ਇੱਕ ਉੱਧਰ ਡੱਬ ਵਾਲੀ ਵਿੱਚ ਦੀ ਐਂਟਰ ਹੋਣਾ ਹੈ ਇੱਕ ਇੱਧਰ ਖਨੌਲੀ ਵਿੱਚ ਦੀ ਹੋਣਾ ਦੋਨਾਂ ਨਾਕਿਆਂ 'ਤੇ ਸਾਡਾ ਅੰਦਾਜ਼ਾ ਵੀ ਸਾਡੀ ਗਿਣਤੀ 2 ਲੱਖ ਦੇ ਨੇੜ ਤੇੜ ਪਹੁੰਚੂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਸਮੁੱਚੇ ਪੰਜਾਬ ਦੀ ਵੱਡੀ ਤਿਆਰੀ ਦੇ ਵਿੱਚ ਵਿੱਢੇ ਹੋਈ
तैयारी बीढ़ी साड़ी लंबे समय तो जिहड़े संघर्ष चल रहे हैं तीन आर्डीनेंस रद्द कराने खातर लगातार साढ़े किसान साढ़े नौजवान साढ़िया मावं भैन साढ़े बच्चा बच्चा झोंक देंगे जमीनों पर कब्जे रोक देंगे लगातार तैयारी जुटे हुए ने आटा राशन जो भी साडा रसोई का संबंध समान होंगे वह लैस नाल साढ़े किसान अज डटे खड़े है मोर्चे राही जान की तैयारी है वड्डी पद्धर के उत्ते बरनाले जिले के 300-350 के करीब ट्राली अज काफले राही जानी है जो अज टोल प्लाजा बड़बर तो तुरनी है वड्डे काफले के रूप के मोदी सरकार के खिलाफ वड्डी लहर खड़ी हुई हुई है। असी 23 तरीक तो साडा खनौरी वाला जिहड़ा बार्डर है हरियाणे वाला 23 तरीक नूं साडियां 60 ट्रेलियां उत्थे पहुँच गईआं सीगियां जिथे साडा जिहड़े आउण जिहड़े हुण वड्डी संगत जाणी है वड्डे किसान मोर्चे दे विच शामिल होणे ने उहदे वास्ते चाह दा प्रबंध कीता होया उत्थे उहदा करके पहलां भी गए ने ते अज भी असीं उत्थे इकट्ठे हो के जिहड़ा कल नूं 26 तरीक नूं दिल्ली वल वधना है उहदा करके असीं पहलां जा रहे हां भी जा के आपदा प्रबंध हो जाए वधिया तैयारी हो जाए ते दिल्ली कूच करन खातर वधिया एक प्लैन बन जाए। इह तां जदों लोक लहर बन जांदी है जिवें सरहंद दी कंध ना इंटरनैट खड़काई सी बंदा सिंह बहादुर ने यह साढ़े उन्हां योधिआं दे वारसां सी असी सरकारां दे जिहड़े बैगीरेट जे कोई भी लाए हुए ने पत्थर वह जदों लोक लहर बन गई जिवें भी सूबे दा फैसला होया वह पत्थर पुत्थर लोकां मूहरे नहीं खड़नगे। हरजीत गरेवाल है उहदे 4.5 एकड़ जमीन है इत्थे धनौले दे विच जदों नहरी पानी नक्का उहदे खाल बणिआ है पहली गल तो उस बंदे नूं शर्म आउणी चाहीदी है वह 4000 रुपया उस बंदे ने वो कमेडी नूं दित्ता नहीं सी जिहड़ा कहिंदा मैं पिंडां 'च बड़ूंगा हरजीत गरेवाल 4.5 किलिआं दा मालक है इत्थे धनौले दा हुण 35 साल दा RSS दा गुंडा जिहड़ा दिल्ली 'च बैठा है जदों लोकां ने कमेडी ने 6 महीने का पानी बंद करके रखे है उदों हरजीत गरेवाल कित्थे सी उहने पानी ना चलाया आपदे इत्थे आ के वह अफसर भेजदा रहा आखर नूं उहनूं 4000-4.5 हज़ार रुपया दे के दुबारे खाल 'च पानी लंघाउणा पिया ये लोगों मूँह की खानी पऊगी। यह हरजीत गरेवाल बथेरे आए हैं तो आउंदे रहणगे इन्हां दा साडे कोई असर नहीं।